ਰਾਫੀਆ ਉਹ ਵੀ ਖਿਡਾਰੀ ਰੈਫਰੀ ਦੇ ਨਾਲ ਬਹਿਸ ਨਾ ਕਰੇ ਭਾਈ ਕੋਈ ਵੀ ਖਿਡਾਰੀ ਰੈਫਰੀ ਨਾਲ ਬਹਿਸ ਨਾ ਕਰੇ ਇਹ ਅੱਜ ਨਹੀਂ ਆਏ ਇਹ ਅੱਜ ਨਹੀਂ ਆਏ ਵਰਲਡ ਕੱਪ ਦੇ ਵਿੱਚ ਜਿੰਨੀ ਜਿੰਨੀ ਉਮਰ ਆ ਉਹਨਾਂ ਟਾਈਮ ਇਹਨਾਂ ਨੂੰ ਗਰਾਊਂਡਾਂ ਦੇ ਵਿੱਚ ਹੋ ਗਿਆ ਤਪੱਸਿਆ ਕਰਦਿਆਂ ਨੂੰ ਦੁਨੀਆ ਦੇ ਸਟਾਰਾਂ ਦੇ ਫੈਸਲੇ ਪਲਾਂ ਦੇ ਵਿੱਚ ਕਰਦੇ ਆ ਕੋਈ ਵੀ ਖਿਡਾਰੀ ਕਿਉਂਕਿ ਜਿਹੜਾ ਗਰਾਊਂਡ ਦੇ ਵਿੱਚ ਰੈਫਰੀ ਦੀ ਇੱਜ਼ਤ ਨਹੀਂ ਕਰਦਾ ਉਹ ਵਧੀਆ ਗੱਲ ਨਹੀਂ ਬਸ ਪੁਆਇੰਟ ਭਲੂਰ ਦੇ ਟੋਟੇ ਨੇ ਆਪਣੀ ਟੀਮ ਦੇ ਲਈ ਜੋੜਿਆ ਧੌਲੇ ਵਾਲਾ ਜਗਪਾਲ ਫਿਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਕਿਉਂਕਿ ਮੈਚ ਪੂਰਾ ਫਸਿਆ ਪਿਆ ਕਦੇ ਅੱਧਾ ਪੁਆਇੰਟ ਉੱਧਰ ਤੇ ਕਦੇ ਉੱਧਰ ਕਬੱਡੀ 75 ਦੇ ਫਾਈਨਲ ਦੀਆਂ ਟੀਮਾਂ ਵੀ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਕਬੱਡੀ 75 ਕਿਲੋ ਦੇ ਫਾਈਨਲ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਅਮਨ ਸਾਡਾ ਵੀਰ ਦੁੱਲੇਵਾਲ ਤੇ ਲੱਖੀ ਲਹਿਰਾ ਵੀ ਰੈਡੀ ਰਹਿਣ ਉਹ ਸਾਹਮਣੇ ਨੌਜਵਾਨ ਜਗਪਾਲ ਵਾਹ ਇਹ ਅੰਕ ਇਸ ਨੌਜਵਾਨ ਜਗਪਾਲ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਅਗਲੀ ਕਬੱਡੀ ਜੱਗੀ ਜੱਗੀ ਮੇਰੇ ਵੀਰ ਇੱਕ ਭਦੌੜ ਵਾਲਾ ਆਪਣੇ ਸਮੇਂ ਦਾ ਮਹਾਨ ਕਬੱਡੀ ਦਾ ਖਿਡਾਰੀ ਤੇ ਤੁਹਾਡੇ ਸਾਹਮਣੇ ਇਹ ਭੋਗੜ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀ ਬਿਲਕੁਲ ਤਿਆਰ ਵਰ ਤਿਆਰ ਬਸੰਤ ਤੋਤਾ ਤੇ ਨਾਲ ਮੇਰੇ ਪੰਜਾਬੀ ਵੀਰੋ ਸੀਰਾ ਪਿੱਛੋਂ ਵਾਲਾ ਸਾਹਮਣੇ ਵੇਖੀ ਇਸ ਵੇਲੇ ਨੌਜਵਾਨ ਬਸੰਤ ਦੇ ਨਾਲ ਮੁਕਾਬਲਾ ਤੇ ਅੰਕ ਇਸ ਨੌਜਵਾਨ ਜੱਗੀ ਭੋਗੜ ਵਾਲੇ ਨੇ ਆਪਣੀ ਟੀਮ ਦੇ ਹਿੱਸੇ ਜਾ ਜੋੜਿਆ ਅਰਸ਼ ਭਲੂਰ ਵਾਲਾ ਕਬੱਡੀ ਪਾਉਣ ਦੇ ਲਈ ਬਿਲਕੁਲ ਤਿਆਰ ਵਰ ਤਿਆਰ ਹੈ ਕਿ ਮੁੰਡਾ ਗੱਲ ਤੈਨੂੰ ਸਮਝਾਵਾਂ ਮਿਲਦਾ ਨਾਮ ਤੇ ਨਾਲੇ ਨਾਵਾਂ ਗੱਲ ਨਹੀਂ ਕਰਦਾ ਹੋਰਾਂ ਦੀ ਆ ਦੇਖ ਪਟਾਕੇ ਪੈਂਦੇ ਕਬੱਡੀ ਹੋਈ ਕਰੋੜਾਂ ਦੀ ਆ ਦੇਖ ਪਟਾਕੇ ਪੈਂਦੇ ਕਬੱਡੀ ਹੋਈ ਕਰੋੜਾਂ ਦੀ ਲੈ ਭਲੂਰ ਦੇ ਅਰਸ਼ ਦੀ ਪਾਈ ਹੋਈ ਕਬੱਡੀ 10 ਨੰਬਰ ਦੀ ਨੀਕਰ ਪਹਿਨੀ ਹੋਈ ਹੈ ਚੜ੍ਹਦੀ ਵਰੇਸਤਾ ਨੌਜਵਾਨ ਖਿਡਾਰੀ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਇੱਧਰ ਚਾਰ ਜਾਫੀਆਂ ਦੇ ਵਿੱਚੋਂ ਕਿਸ ਖਿਡਾਰੀ ਦੇ ਨਾਲ ਮੁਕਾਬਲਾ ਹੋਣਾ ਲੋ ਕੀਪੇ ਦੇ ਨਾਲ ਹਲਕਾ ਜਿਹਾ ਟੱਚ ਹੋਇਆ ਤੇ ਨੰਬਰ ਭਲੂਰ ਦੇ ਅਰਸ਼ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹਰਜੀਤ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਲੋ ਹਰਜੀਤ ਬਰਾੜ ਬਾਜੇ ਖਾਨੇ ਦਾ ਨਾਮ ਕਬੱਡੀ ਦੀ ਦੁਨੀਆ ਦੇ ਵਿੱਚ ਅੰਬਰਾਂ ਤੇ ਚੰਨ ਵਾਂਗੂ ਚਮਕ ਰਿਹਾ ਲੋ ਇੱਧਰ ਹਰਜੀਤ ਦੀ ਪਾਈ ਹੋਈ ਕਬੱਡੀ ਚਾਰ ਜਾਫੀ ਤਿਆਰ ਬਰ ਤਿਆਰ ਨੇ ਜੇ ਸੀਰਾ ਪਿੱਥੋਂ ਵਾਲਾ ਜੱਫਾ ਲਾਵੇਗਾ ਤਾਂ ਸਾਡਾ ਵੀਰ ਗੁਰਪ੍ਰੀਤ ਸਿੰਘ ਦਿਓਲ ਤੇ ਨਾਲ ਗੋਰਾ ਸ਼ੀਨੀਵਾਲ 4100 ਰੁਪਏ ਦਿੱਤਾ ਜਾਣਾ ਜੀ 4000 ਤੇ 100 4100 ਰੁਪਇਆ ਇਹ ਸੀਰਾ ਜੱਫਾ ਲਾਵੇਗਾ ਪਿੱਥੋਂ ਵਾਲਾ ਗੁਰਪ੍ਰੀਤ ਸਿੰਘ ਜੀ ਦਿਓਲ ਤੇ ਨਾਲ ਜੋਰਾ ਸ਼ੀਨੀਵਾਲ ਸਾਡਾ ਵੀਰ 4100 ਰੁਪਇਆ ਜੇ ਸੀਰਾ ਪਿੱਥੋਂ ਵਾਲਾ ਜੱਫਾ ਲਾਵੇਗਾ ਤੇ ਸਾਡੇ ਬਾਈ ਮਾਣ ਕਰਨਗੇ ਜਗਪਾਲ ਧੌਲੇ ਵਾਲਾ ਉਧਰ ਜੈਲਾ ਧੂਰ ਕੋਟੀਆ ਪਿੰਦਾ ਕੋਟਲਾ ਮੇਹਰ ਸਿੰਘ ਵਾਲਾ ਕਾਲਾ USA ਨਿਹਾਲ ਸਿੰਘ ਵਾਲਾ ਫਿਜਨ ਦੇ ਵਿੱਚ ਬੈਠੇ ਆ ਹੈਰੀ ਨੰਗਲ ਹੋਰਾਂ ਦਾ ਅਵਤਾਰ ਸਿੰਘ ਜੀ ਬਰਾੜ ਹਾਂਗਕਾਂਗ ਵਾਲੇ ਲੰਗੇਆਣੇ ਵਾਲੇ ਸਾਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਗੁਰਵਿੰਦਰ ਸਿੰਘ ਜੀ ਬਰਾੜ ਕੋਟਲੇ ਵਾਲੇ ਉਹ ਵੀ ਕੈਨੇਡਾ ਦੇ ਵਿੱਚ ਬੈਠੇ ਮੈਚਾਂ ਦਾ ਆਨੰਦ ਮਾਣੀ ਜਾ ਰਹੇ ਲੈ ਉਹ ਸਾਹਮਣੇ ਦੇਖੀ ਕੀਪਾ ਜਗਪਾਲ ਇਹ ਪੁਆਇੰਟ ਜਗਪਾਲ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਅਗਲੀ ਕਬੱਡੀ ਭੂੰਦੜ ਦਾ ਜੱਗੀ ਲਾ ਫਿਰ ਮੈਦਾਨ ਦੇ ਵਿੱਚ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਮਿਹਨਤਾਂ ਲਾ ਕੇ ਖੁਰਾਕਾਂ ਖਾ ਕੇ ਇਹਨਾਂ ਖਿਡਾਰੀਆਂ ਨੇ ਸਰੀਰ ਸਾਂਭਿਆ ਫਿਰ ਜਾ ਕੇ ਕਬੱਡੀ ਦੇ ਮੈਦਾਨਾਂ ਦੇ ਵਿੱਚ ਨਾਮ ਚੱਲਦਾ ਹੈ ਲੋ ਦੇਖੋ ਪਾਈ ਹੋਈ ਭੂੰਦੜ ਦੇ ਜੱਗੀ ਦੀ ਕਬੱਡੀ ਚਾਰ ਜਾਫੀਆਂ ਦੀ ਜਾਫ ਲਾਈਨ ਦੇ ਵਿੱਚੋਂ ਹੁਣ ਕਿਸ ਖਿਡਾਰੀ ਦੇ ਨਾਲ ਮੁਕਾਬਲਾ ਹੋਣਾ ਹੈ ਐਨ ਸਮਾਂ ਬੀਤਦਾ ਜਾ ਰਿਹਾ ਹੈ ਦਰਸ਼ਕਾਂ ਦੀ ਇਕੱਲੀ ਇਕੱਲੀ ਨਜ਼ਰ ਇਹਨਾਂ ਖਿਡਾਰੀਆਂ ਦੇ ਉੱਪਰ ਟਿੱਕੀ ਹੋਈ ਹੈ ਉਹ 30 ਸੈਕਿੰਡ ਦੀ ਕਬੱਡੀ 'ਚੋਂ ਕੁਝ ਪਲ ਬੀਤੇ ਕੁਝ ਬੀਤਣ ਵਾਲੇ ਹੈ ਪਰ ਡਬਲ ਟੱਚ ਦਾ ਇਸ਼ਾਰਾ ਤੇ ਨੰਬਰ ਧਾਵੀ ਦੇ ਸਿਰ ਐਡਜਸਟ ਹੋ ਚੁੱਕਿਆ ਹੈ ਕਿ ਬੁਰੀ ਬਿਮਾਰੀ ਚੱਲ ਪਈ ਜਰਦਾ ਥੁੱਕ ਨਾਲ ਤਲੀਆਂ ਨੱਪੀਆਂ ਕਈ ਤਾਂ ਲਾਉਂਦੇ ਟੀਕੇ ਮਿੱਤਰੋ ਕਈਆਂ ਨੇ ਗੋਲੀਆਂ ਫੱਕੀਆਂ ਪੂਰੇ 1 ਲੱਖ ਦੀ ਮੱਝ ਹੈ ਆਉਂਦੀ ਔਖੀਆਂ ਪੀਣੀਆਂ ਲੱਸੀਆਂ ਕਮਲੀ ਦੁਨੀਆ ਨੇ ਪਾਈਆਂ ਮੌਤ ਨੂੰ ਜੱਫੀਆਂ ਕਮਲੀ ਦੁਨੀਆ ਨੇ ਪਾਈਆਂ ਮੌਤ ਨੂੰ ਜੱਫੀਆਂ ਕਮਲੀ ਦੁਨੀਆ ਨੇ ਪਾਈਆਂ ਮੌਤ ਨੂੰ ਜੱਫੀਆਂ ਔਰ ਸਾਹਮਣੇ ਹਰਦੇਵ ਤੇ ਅਰਸ਼ ਪਰ ਪੁਆਇੰਟ ਅਰਸ਼ ਨੇ ਆਪਣੀ ਟੀਮ ਦੇ ਹਿੱਸੇ ਜਾ ਜੋੜਿਆ ਇਹ ਆ ਹਰਜੀਤ ਮੇਰੇ ਵੀਰੋ ਕਿ ਕੌਡੀ ਖੇਡੀ ਤੇ ਖੇਡਦੇ ਬੜੇ ਵੇਖੇ ਖੇਡ ਖੇਡੀ ਨਹੀਂ ਕਿਸੇ ਹਰਜੀਤ ਵਰਗੀ ਪੂਰੇ ਜੱਗ ਜਹਾਨ ਤੇ ਸੀ ਜੜ ਤੋਂ ਦੀ ਮਹਾਰਾਜੇ ਦੇ ਕੰਬਰ ਦਲੀਪ ਵਰਗੀ ਜਿਉਂਦੇ ਰਹਿਣਗੇ ਸਾਡੇ ਉਹ ਦਿਲਾਂ ਅੰਦਰ ਯਾਦ ਉੱਠੇਗੀ ਸਦਾ ਇੱਕ ਚੀਕ ਵਰਗੀ ਮੱਖਣ ਵਰਾੜਾ ਉਹ ਮਰੇ ਨਹੀਂ ਅਮਰ ਹੋ ਗਏ ਮੌਤ ਮਾਰ ਕੇ ਉਹਨਾਂ ਨੂੰ ਆਪ ਮਰ ਗਈ ਮੌਤ ਮਾਰ ਕੇ ਉਹਨਾਂ ਨੂੰ ਆਪ ਮਰ ਗਈ ਹਰਜੀਤ ਵਰਾੜ ਦੀ ਯਾਦ ਦਿਲਾਈ ਇਸ ਨੌਜਵਾਨ ਕਬੱਡੀ ਦੇ ਸਟਾਰ ਖਿਡਾਰੀ ਨੇ ਇੱਧਰ ਜਗਪਾਲ ਧੌਲੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਬਿਲਕੁਲ ਤਿਆਰ ਵਰ ਤਿਆਰ ਖੇਡ ਮੈਦਾਨ ਦੇ ਵਿੱਚ ਕਿ ਦੌਲਤ ਗਈ ਤੇ ਕੁਝ ਨਹੀਂ ਹੋਣਾ ਮਨ ਸਮਝਾ ਲਓਗੇ ਇਹ ਹੱਥ ਪੈਰ ਨਾ ਚੱਲੇ ਕਿੱਥੋਂ ਨੋਟ ਕਮਾ ਲਓਗੇ ਇੱਜ਼ਤ ਗਈ ਨਹੀਂ ਲੱਭਦੀ ਸੱਚੀ ਗੱਲ ਬਜ਼ੁਰਗਾਂ ਦੀ ਨਰਕ ਭੋਗ ਕੇ ਕਰਦੇ ਹੋ ਗੱਲ ਕਿਹੜੇ ਸੁਰਗਾਂ ਦੀ ਜੀ
ਜੀ ਨੇ ਇੱਥੇ ਕੁਝ ਨਹੀਂ ਕੀਤਾ ਗਾਹਾਂ ਕੀ ਪਾਉਣੀ ਪੂਰੀ ਆ ਬਾਕੀ ਇਹ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਆ ਬਾਕੀ ਇਹ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਗੱਲ ਸੱਚੀ ਹੈ ਇੱਧਰ ਪਿੱਠੋਂ ਵਾਲਾ ਜੇ ਜੱਫਾ ਲਾਊਗਾ ਗੁਰਪ੍ਰੀਤ ਦਿਓਲ ਦੀ ਤਰਫੋਂ 5100 ਦੇ ਮਾਨ ਸਨਮਾਨ ਕੀਤੇ ਜਾਣੇ ਹੈ 5100 ਜੇ ਸੀਰਾ ਜੱਫਾ ਲਾਊ ਤੇ 5100 ਰੁਪਏ ਕੀ ਗੱਲ ਸੱਚੀ ਸੱਚਿਆਂ ਦੀ ਦੱਬ ਕੇ ਬਾਈਏ ਰੱਜ ਕੇ ਖਾਈਏ ਥੋੜਾ ਖਾ ਪੀ ਖਰਚ ਲਈਏ ਥੋੜਾ ਦਾਨ ਪੁੰਨ ਤੇ ਲਾਈਏ ਥੋੜਾ ਖਾ ਪੀ ਖਰਚ ਲਈਏ ਤੇ ਥੋੜਾ ਦਾਨ ਪੁੰਨ ਤੇ ਲਾਈਏ 5100 ਰੁਪਿਆ ਇਹ ਸੀਰਾ ਪਿੱਛੋਂ ਵਾਲਾ ਜੱਫਾ ਲਾਵੇਗਾ ਮੇਰੇ ਪੰਜਾਬੀ ਵੀਰੋ ਲਓ ਸਾਹਮਣੇ ਨੌਜਵਾਨ ਜੱਗੀ ਇੱਕ ਪਾਸੇ ਬਸੰਤ ਹੈ ਲਓ ਇਸ ਵੇਲੇ ਨੌਜਵਾਨ ਗੱਭਰੂ ਮੇਰੇ ਵੀਰੋ ਤੋਤੇ ਦੇ ਨਾਲ ਮੁਕਾਬਲਾ ਤੋਤਾ ਤੋਤਾ ਤੇ ਜੱਗੀ ਜੱਗੀ ਤੇ ਤੋਤਾ ਤੋਤਾ ਤੇ ਜੱਗੀ ਭੂੰਦੜ ਤੇ ਭਲੂਰ ਪਰ ਇਹ ਪੁਆਇੰਟ ਇਸ ਨੌਜਵਾਨ ਜੱਗੀ ਭੂੰਦੜ ਵਾਲੇ ਨੇ ਆਪਣੀ ਟੀਮ ਦੇ ਹਿੱਸੇ ਜਾ ਜੋੜਿਆ ਅਗਲੀ ਕਬੱਡੀ ਅਰਸ਼ ਭਲੂਰ ਦਾ ਮੈਦਾਨ ਦੇ ਵਿੱਚ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਦਰਸ਼ਕਾਂ ਦੀ ਹਾਰਟ ਬੀਟ ਕਦੇ ਵੱਧ ਰਹੀ ਹੈ ਕਦੇ ਘਟ ਰਹੀ ਹੈ ਕਿਉਂਕਿ ਮੈਚ ਪੂਰਾ ਫਸਿਆ ਪਿਆ ਬਰਾਬਰ ਦਾ ਮੈਚ ਹੈ ਐਨ ਕਾਂਟੇ ਦਾ ਟੱਕਰ ਹੈ ਦੇਖੋ ਭਲੂਰ ਦੇ ਅਰਸ਼ ਦੀ ਕਬੱਡੀ ਤੇ ਹੁਣ ਕੌਣ ਕਰਾਰੀ ਦੀ ਝਪਟ ਮਾਰੇਗਾ ਕੌਣ ਮੂਹਰੇ ਹੋ ਕੇ ਟਾਈਮ ਕਰਾਵੇਗਾ ਲਓ ਦੇਖੋ ਭੂੰਦੜ ਦੇ ਕੀਪੇ ਦੇ ਨਾਲ ਮੁਕਾਬਲਾ ਹੋ ਗਿਆ ਕਿ ਬੇਕੀ ਨੂੰ ਕੁੱਟਦਾ ਹੈ ਲਾ ਕੇ ਉਹ ਜੱਪਕਾ ਜਾਫੀ ਭੂੰਦੜ ਦਾ ਕੀਪਾ ਯਾਰ ਗੁੱਟਦਾ ਹੈ ਪੱਕਾ ਜਾਫੀ ਭੂੰਦੜ ਦਾ ਕੀਪਾ ਯਾਰ ਗੁੱਟਦਾ ਹੈ ਪੱਕਾ ਕਿਹੜੀ ਟੀਮ ਜੇਤੂ ਆ ਮਾਨ ਸਨਮਾਨ ਜ਼ਰੂਰ ਲੈ ਜਾਵੇ ਭਲੂਰ ਦੀ ਟੀਮ ਦੇ ਪੁਆਇੰਟ ਨੇ ਜੀ ਦੱਸੋ ਕਿੰਨੇ 14.5 ਤੇ ਭੂੰਦੜ ਦੇ ਪੁਆਇੰਟ 13 ਨੇ ਜੀ ਭਲੂਰ ਜੇਤੂ ਆ ਹਲੋ ਜੀ ਭਲੂਰ ਵਾਲੇ ਆਪਣਾ ਮਾਨ ਸਨਮਾਨ ਲੈ ਜਾਓ ਭਲੂਰ ਵਾਲੇ ਆਪਣਾ ਮਾਨ ਸਨਮਾਨ ਲੈ ਜਾਓ ਅਮਨਾ ਦੁੱਲੇਵਾਲ ਤੇ ਸਾਡਾ ਲੱਖੀ ਲਹਿਰਾ ਜੀ ਇਹ ਫਾਈਨਲ ਮੈਚ ਫਿਰ ਕਬੱਡੀ 75 ਦੇ ਫਾਈਨਲ ਦੀਆਂ ਟੀਮਾਂ ਸਰਾਵਾਂ ਦੀ ਟੀਮ ਗਰਾਊਂਡ ਦੇ ਵਿੱਚ ਐਂਟਰ ਹੋ ਚੁੱਕੀ ਹੈ ਸਮਾਓ ਦੀ ਟੀਮ ਜਲਦੀ ਗਰਾਊਂਡ ਦੇ ਵਿੱਚ ਆਵੇ ਦਰਸ਼ਕੀਰੋ ਆ ਮੈਚ ਵੀ ਸਾਰ ਹੋ ਕੇ ਦੇਖਣ ਵਾਲਾ ਮੈਚ ਹੈ ਸਮਾਓ ਤੇ ਸਰਾਵਾਂ ਦੋ ਮਹਾਨ ਟੀਮਾਂ ਦੀ ਟੱਕਰ ਸਟਾਰਟ ਹੋਣ ਜਾ ਰਹੀ ਹੈ ਕਬੱਡੀ 75 ਦਾ ਫਾਈਨਲ ਮੈਚ ਹੈ ਦੋਨੋਂ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਨਾਲ ਹੀ ਕਬੱਡੀ ਓਪਨ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ 2-4 ਮਿੰਟ ਦੀ ਰੈਸਟ ਦੇ ਬਾਅਦ ਦੁਬਾਰਾ ਜਲਦੀ ਤੋਂ ਜਲਦੀ ਟੀਮਾਂ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਹੰਗੀਆਣਾ ਤੇ ਭਲੂਰ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਫਾਈਨਲ ਦੀਆਂ ਸਰਾਵਾਂ ਤੇ ਸਮਾਓ ਦਾ ਕਬੱਡੀ 75 ਦਾ ਫਾਈਨਲ ਲੈਵੀ ਲਾਲੀ ਬਾਈ ਹੁਣ ਵਾਸ਼ਿੰਗ ਮਸ਼ੀਨਾਂ ਦੇ ਫੈਸਲੇ ਹੋਣੇ ਆ ਸੈਂਸੂਈ ਦੀ ਵਾਸ਼ਿੰਗ ਮਸ਼ੀਨ ਕਹਿੰਦੇ 8000 ਦੀ ਆ 8 × 16 ਤੇ 25 ਪੂਰਾ ਆਪਾਂ ਜੇ ਗੱਲ ਕਰੀਏ 41000 ਰੁਪਈਏ ਦਾ ਮੈਚ ਖੇਡਿਆ ਜਾਣਾ ਹੈ 15 ਤੇ 10 ਪ੍ਰਾਈਜ਼ 8-8 ਹਜ਼ਾਰ ਦੀਆਂ ਵਾਸ਼ਿੰਗ ਮਸ਼ੀਨਾਂ ਪੂਰੇ 41000 ਦਾ ਮੈਚ ਫਾਈਨਲ ਸਮਾਓ ਇਹ ਆ ਭੀਖੀ ਦਾ ਏਰੀਆ ਹੈਲੋ ਰਾਜਾ ਪ੍ਰਧਾਨ ਜੀ ਸਾਨੂੰ ਮਿਲੇ ਰਾਜਾ ਪ੍ਰਧਾਨ ਹੈਲੋ 75 ਕਿਲੋ ਦਾ ਕਹਿੰਦੇ ਵੀ ਫਾਈਨਲ ਮੁਕਾਬਲਾ ਦਰਸ਼ਕ ਜੀ ਜਿਹੜਾ ਖੇਡ ਮੈਦਾਨ ਦੇ ਅੰਦਰ ਸ਼ੁਰੂ ਹੋਵੇਗਾ ਇਸ ਮੈਚ ਦੇ ਵਿੱਚ ਕਹਿੰਦੇ ਵੀ ਵਾਸ਼ਿੰਗ ਮਸ਼ੀਨਾਂ ਵੀ ਦੱਸੀਆਂ ਜਾਣਗੀਆਂ ਫਿਰ ਕਿਹੜਾ ਪਲੇਅਰ ਅੱਜ ਵਾਸ਼ਿੰਗ ਮਸ਼ੀਨ ਦਾ ਜੇਤੂ ਬਣੇਗਾ ਸਾਰੇ ਦਰਸ਼ਕ ਵੀਰਾਂ ਦਾ ਟੂਰਨਾਮੈਂਟ ਕਮੇਟੀ ਦੇ ਵੱਲੋਂ ਵੱਡਾ ਧੰਨਵਾਦ ਕਰਦੇ ਹਾਂ ਨਾਲ ਹੀ ਹੱਥ ਬੰਨ ਕੇ ਬੇਨਤੀ ਹੈ ਦਰਸ਼ਕ ਵੀਰਾਂ ਨੂੰ ਕਬੱਡੀ ਦੇ ਪ੍ਰੇਮੀਆਂ ਨੂੰ ਵੀ ਸਿਰਫ ਇਸ ਟੂਰਨਾਮੈਂਟ ਦੇ 2 ਮੈਚ ਬਾਕੀ ਹੈ ਜਿਵੇਂ ਸਵੇਰ ਤੋਂ ਵਧੀਆ ਤਰੀਕੇ ਦੇ ਨਾਲ ਤੁਸੀਂ ਮੈਚ ਦੇਖ ਰਹੇ ਹੋ ਕਿਰਪਾ ਕਰਕੇ ਆ 2 ਮੈਚ ਵੀ ਇੰਨੇ ਸਹਿਜਮਤ ਨਾਲ ਦੇਖਣੇ ਹੈ ਵੀ ਜਿਹੜਾ ਅਲਕੜੇ ਦਾ ਕਬੱਡੀ ਕੱਪ ਪੂਰੀ ਦੁਨੀਆਂ ਦੇ ਵਿੱਚ ਜਾਣਿਆ ਜਾਵੇ ਵੀ ਜ਼ਿਲ੍ਹੇ ਬਰਨਾਲੇ ਦੇ ਵਿੱਚ ਇੱਕ ਕਬੱਡੀ ਦਾ ਕੱਪ ਹੋਇਆ ਸੀ ਤੇ ਫਾਈਨਲ ਮੈਚ ਕਹਿੰਦੇ ਵੀ ਕਬੱਡੀ 75 ਕਿਲੋ ਦਰਸ਼ਕ ਵੀ ਜਿਹੜਾ ਟੌਪ ਦਾ ਮੈਚ ਖੇਡਿਆ ਜਾਵੇਗਾ ਨਾਲ ਹੀ ਕਬੱਡੀ ਓਪਨ ਦੀਆਂ ਟੀਮਾਂ ਨੂੰ ਵੀ ਜਿਹੜੀ ਮੇਰੀ ਬੇਨਤੀ ਹੈ ਜੰਗੀਆਣਾ ਤੇ ਭਲੂਰ ਦੀਆਂ ਟੀਮਾਂ ਵੀ ਜਲਦੀ ਨਾਲ ਇਸ ਮੈਚ ਦੇ ਤੁਰੰਤ ਬਾਅਦ ਜਿਹੜੀਆਂ ਗਰਾਊਂਡ ਦੇ ਵੱਲ ਆ ਜਾਣ ਮੇਰੀ ਬੇਨਤੀ ਕਬੱਡੀ ਓਪਨ ਦੀਆਂ ਟੀਮਾਂ ਨੂੰ ਨਾਲ ਹੀ ਬਾਨੀ ਸੱਜਣਾ ਦਾ ਗੁਰਪ੍ਰੀਤ ਦਿਓਲ ਯੂਕੇ ਵਾਲੇ ਉਹਨਾਂ ਦਾ ਵੱਡਾ ਧੰਨਵਾਦ ਦੇਵ ਢਿੱਲੋਂ ਦੁੱਲੇ ਵਾਲਾ ਵੀਰ ਜੀ ਸੌ ਬੁਆਈ ਜਾਣੀ ਆ ਕਬੱਡੀ 75 ਕਿਲੋ ਦੇ ਮੈਚ ਦੀ ਜਿਹੜਾ ਫਾਈਨਲ ਮੈਚ ਖੇਡਿਆ ਜਾਣਾ ਭਾਈ ਆਵਣੇ ਸਰਾਵਾਂ ਦਾ ਆਵਣਾ ਤੇ ਸਮਾਓ ਦਾ ਕਾਲਾ ਸਮਾਓ ਦਾ ਕਾਲਾ ਤੇ ਨਾਲ ਹੀ ਮੇਰੀ ਬੇਨਤੀ ਆ ਵੀ ਆਪਣਾ ਸਰਾਵਾਂ ਵਾਲਾ
बहुत बहुत धन्यवाद जिन्हें भी दर्शक भीर इस टूरनामेंट का आनंद मान रहे हैं। गोरा महंत सानू दुले वाली का भी धन्यवाद सौंप भाई जानी है मेरी बेनती है प्लेयर नाली कहते भी अगले साल सरदार गुरप्रीत सिंह जी दौल यूके वाले एक लख कहते भी 25,000 रुपया जोड़ा ऐलान करते अगले टूरनामेंट दे देने का बड़ा धन्यवाद है। कबड्डी ओपन दिया फाइनल दिया टीमों भी कृपा करके 12वां अप्रैल अगले मैच के लिए कबड्डी 75 किलो फाइनल मुकाबला दर्शक भी जोड़ा खेड ग्राउंड के अंदर शुरू होगा। वीर जी सहु जी जल्दी बवाल ली जाए मेरी बेनती टूरनामेंट कमेटी को फाइनल मैच कहती भी कबड्डी 75 किलो का भाई कोई मैच सांझा नहीं भाई ना प्राइज ना हो भाई सा कोई मैच सांझा नहीं कोई किस तरह का मैच लगेगा खड़के लगेगा एक बार लगे भाई गुरु ग्रंथ साहब दिल है बाबे की सौ लगे आरके सौ खाने मैच साझा हो गुरु ग्रंथ साहब की सौ मैच लगूगा एक बार ताड़िया मार दो दर्शक भीर जेकर टूरनामेंट कमेटी के नाम एक बार जोर दिया ताड़िया मार दो साढ़े 14-15 हरेक जाफी का हरेक रेडर का ना दसना जरूरी है सारी NRI भरावान का बहुत बहुत धन्यवाद है। लो फाइनल मैच की पहली कबड्डी सुचे सूरमे के पिंड का नौजवान गभरू पहली कबड्डी काला समाओ का भी चढ़ती बरेसे मुंडा खेलता कबड्डी होड पाउन गया लगती धरती नाडी होने सियाने गल सोने से सहागे की खेड कबड्डी यारो पहले 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 ते पहले पहले दाबे की जाफी के लिए जफा जरा डेढ़ पॉइंट का जरा लग चुक है उधर देखा भी टॉप का जफा जरा खेड मैदान के अंदर लगता हो टॉप के खिडारी पूजे दर्शक भी हो अगली कबड्डी खेड मैदान के अंदर देखा भी खेड मैदान के अंदर नौजवान पिंदरू या धूर कोटिया भी लिखता धूर कोटिया रहा अपने गीत प्यार गामे का पिंड है जैला प्रिजनों के बैठा पर सामने चार जाफिया के दो सके वीर लगे हुए हैं एक पासे आ खिडारी का कहते झनीर पिंड है जगजीत सिंह जगे का पॉइंट रेडर का 500 रुपया गुरप्रीत सिंह जी दौल यूके वाले गिंदरू का जोड़ा माण करते इस कबड्डी से 500 रुपया जो पक्का हो चुके अगली कबड्डी खेड मैदान के अंदर जसा दर्शक भीर खेड मैदान के अंदर पाँदा हो सामने चार जाफी हल्की झकानी दिखती है दो जवानी उधर कहते भी लखा सरावा वाला कबड्डी ओपन के इस प्लेयर ने जफे लाए है तो पॉइंट जोड़ा तावी अपनी टीम के लिए जोड़ता होया आ कहते भी सरावा की धरती का अमना दर्शक भीर जिस प्लेयर के नाम की कहते भी तू ती बोलती सुखबीर वर्ग का पेंडू तो उधर देखा भी लखा जंक अपनी टीम के लिए जोड़ता होया पिछों जगे ने टच लिया भीरे जगे ने टच लिया झनीर आले ने लै भी लाली नोट रखी सामने काला समाओ पिंड का एक गाजियाणिया खेड कबड्डी का स्टार होया उधर डॉक्टर बलकार यंगियाने पिंड का जगदीप हमीरगढ़ का कहना जे लखा बैल्ट निकलता 500 रुपया दिता जाना आ खिडारी का सिंगा वाला पिंड है मेरे भीरे जगी ट्राई करता पर पॉइंट रेडर का पॉइंट रेडर के हिस्से जुड़िया अज के मैचों का पूरा स्वाद बजा मेरे भीरे लख लख बार मुबारकबाद है समुचे नगर को
ਬਿੰਦਰੂ ਧੂੜ ਕੋਟੀਆ ਸੱਤ ਸੌ ਦੀ ਕਬੱਡੀ ਦਰਸ਼ਕ ਵੀਰੀ ਸੱਤ ਸੌ ਦੀ ਕਬੱਡੀ ਕਹਿੰਦੇ ਵੀ ਖੇਡ ਮੈਦਾਨ ਦੇ ਅੰਦਰ ਗੁਰਪ੍ਰੀਤ ਯੂਕੇ ਵਾਲੇ ਵੱਡੇ ਮਾਣ ਕਰ ਰਹੇ ਆ ਦਰਸ਼ਕ ਵੀਰੀ ਉਧਰ ਨੱਚਦਾ ਟੱਪਦਾ ਕਹਿੰਦੇ ਵੀ ਧੂੜ ਕੋਟੀਆ ਇਹ ਆਜਾ ਅੰਕ ਆਪਣੀ ਟੀਮ ਜਿਸ ਨੌਜਵਾਨ ਨੇ ਟਰਾਈ ਕੀਤੀ ਲੈ ਨੋਟ ਰੱਖੀ ਲਾਲੀ ਸੱਤੀ ਨੇ ਟਰਾਈ ਕੀਤੀ ਆ ਵੀਰੇ ਇਹ ਆ ਜੱਸਾ ਮੇਰੇ ਵੀਰੇ ਅਗਲੀ ਕਬੱਡੀ ਪਾਉਂਦਾ ਹੋਇਆ ਵੀ ਪ੍ਰਵਾਸੀ ਪੰਜਾਬੀਆਂ ਨੇ ਪੰਜਾਬ ਦੀ ਜਵਾਨੀ ਬਚਾਤੀ ਖੇਡ ਜਿਹੜੀ ਕੱਖਾਂ ਦੀ ਸੀ ਅੱਜ ਲੱਖਾਂ ਦੀ ਬਣਾਤੀ ਇਸ ਖੇਡ ਨੇ ਮੱਲ ਵੱਡੀ ਆ ਮਾਰੀ ਪਾਉਂਡਾਂ ਦੇ ਡਾਲਰਾਂ ਚ ਖੇਡਦੇ ਕਬੱਡੀ ਦੇ ਖਿਡਾਰੀ ਲੱਖਾਂ ਲੱਖਾਂ ਜੱਸਾ ਲੱਖਾਂ ਜੱਸਾ 30 ਸੈਕਿੰਡ ਦਾ ਸਮਾਂ ਤਾੜੀ ਮਾਰ ਦੋ ਕਬਰ ਕਹਿੰਦੇ ਵੀ ਸਰਾਵਾਂ ਵਾਲਾ ਲੱਖਾਂ ਲੱਖਾਂ ਜਾਂ ਆਪਣੀ ਟੀਮ ਨੂੰ ਜੋੜਦਾ ਹੋਇਆ ਆ ਪਿੰਡ ਕਹਿੰਦੇ ਵੀ ਸਰਾਵਾਂ ਦੀ ਧਰਤੀ ਦਾ ਆਮਣਾ ਖੇਡ ਮੈਦਾਨ ਦੇ ਅੰਦਰ ਅਗਲੀ ਕਬੱਡੀ ਪਾਉਣ ਦੇ ਲਈ ਵੱਧ ਹੋਇਆ ਸਰਾਵਾਂ ਵਾਲਾ ਦਰਸ਼ਕ ਵੀਰੀ ਲੱਖਾਂ ਜਾਂ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਵੀ ਖੇਡ ਰਹੀ ਹੋਏ ਕਬੱਡੀ ਤੋਂ ਡਹਿਰੀਏ ਨਹੀਂ ਪਾਈ ਦਾ ਤੇ ਮਾਗ ਵਿੱਚ ਛੱਡਣਾ ਪੈਂਦਾ ਨਿਗਰ ਜਾਈ ਦਾ ਜੇ ਦਹਾੜ ਵਿੱਚ ਸਹਿਣੀ ਪੈਂਦੀ ਧੁੱਪ ਦੀ ਮਾਰ ਮਿੱਤਰੋ ਬਾਨਾ ਸੌਖਾ ਨੀ ਕਬੱਡੀ ਦਾ ਸਟਾਰ ਮਿੱਤਰੋ ਲਓ ਸਾਹਮਣੇ ਇੱਕ ਪਾਸੇ ਯਾਫੀ ਸਿੰਘ ਵਾਲੇ ਦਾ ਦੂਜਾ ਜੱਫਾ ਇਸ ਨੌਜਵਾਨ ਦਾ ਜੱਗੀ ਸਿੰਘ ਵਾਲੇ ਪਿੰਡ ਦਾ ਵਾਸ਼ਿੰਗ ਮਸ਼ੀਨ ਦੇ ਬੰਨੀ ਵੱਧ ਰਿਹਾ ਨੌਜਵਾਨ ਗੱਭਰੂ ਮੇਰੇ ਵੀਰੇ ਪੁਆਇੰਟ ਯਾਫੀ ਦਾ ਅਗਲੀ ਕਬੱਡੀ ਬਿੰਦਰੂ ਧੂੜ ਕੋਟੀਆ ਦਰਸ਼ਕ ਵੀਰੀ ਕਬੱਡੀ ਕਹਿੰਦੇ ਵੀ 900 ਦੀ ਬਿੰਦਰੂ ਧੂੜ ਕੋਟੀਆ ਖੇਡ ਮੈਦਾਨ ਦੇ ਅੰਦਰ ਅਗਲੀ ਕਬੱਡੀ ਪਾਉਂਦਾ ਹੋਇਆ ਉਧਰ ਤਾਂ ਕਹਿੰਦੇ ਵੀ ਬਿੰਦਰੂ ਧੂੜ ਕੋਟੀਆ ਮਾਰਦਾ ਹੋਇਆ ਫਾਬੀ ਦੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਜੱਗੀਆਣਾ ਤੇ ਭਲੂਰ ਮੇਰੀ ਬੇਨਤੀ ਕਬੱਡੀ ਓਪਨ ਦੇ ਫਾਈਨਲ ਮੈਚ ਦੇ ਲਈ ਦੋਨੇ ਟੀਮਾਂ ਜਲਦੀ ਆ ਜਾਣ ਜੰਗੀਆਣਾ ਤੇ ਭਲੂਰ ਕਬੱਡੀ ਓਪਨ ਦੀਆਂ ਟੀਮਾਂ ਇੱਧਰ ਹੱਥ ਖੜਾ ਕਰੋ ਜਿਹਨੇ ਟੱਚ ਲਿਆ ਸੀ ਮਾੜਾ ਜਿਹਾ ਹੱਥ ਖੜਾ ਕਰੇ ਇੱਧਰਲੇ ਪਾਸੇ ਸਰਦੀ ਨੇ ਟੱਚ ਲਿਆ ਲਓ ਸਾਹਮਣੇ ਲੱਖਾਂ ਚੜ੍ਹਦੀ ਦਰੇਸ ਮੁੱਛ ਫੁੱਟ ਗੱਭਰੂ ਖੇਡ ਮੇਲਾ ਲੈਂਦਾ ਗੱਭਰੂ ਦੂਜਾ ਜੱਫਾ ਜਿਹੜਾ ਲਾਉਂਦਾ ਹੋਇਆ ਸਰਾਵਾਂ ਵਾਲੇ ਕਹਿੰਦੇ ਵੀ ਅਮਨ ਦੀ ਕਬੱਡੀ ਦਰਸ਼ਕ ਵੀਰੀ ਖੇਡ ਮੈਦਾਨ ਦੇ ਅੰਦਰ ਉਧਰ ਕਹਿੰਦੇ ਵੀ ਦਰਸ਼ਕਾਂ ਦਾ ਡਾਠਾ ਮਾਰਦਾ ਇਕੱਠ ਦੱਸਦਾ ਵੀ ਅਲਕੜੀ ਦਾ ਟੂਰਨਾਮੈਂਟ ਕਬੱਡੀ 365 ਦੇ ਜ਼ਰੀਏ ਦਰਸ਼ਕ ਪੂਰੀ ਦੁਨੀਆ ਦੇ ਵਿੱਚ ਦਿਖਾਇਆ ਜਾ ਰਿਹਾ ਇਹ ਆ ਸ਼ਰਦੀ ਨੇ ਟੱਚ ਲੈ ਵੀ ਲਾਲੀ ਨੋਟ ਰੱਖੀ ਨੀ ਨੌਜਵਾਨਾਂ ਸਾਹਮਣੇ ਕਾਲਾ ਅਗਲੀ ਕਬੱਡੀ ਪਾਉਣ ਦੇ ਲਈ ਬਿਲਕੁਲ ਅੱਗੇ ਨੂੰ ਵਧਿਆ ਹੋਇਆ ਵੀ ਧਾਵੀ ਕਹਿੰਦਾ ਉੱਡ ਪਾਊਂਗਾ ਕਬੱਡੀਆਂ ਲੱਤਾਂ ਹਿੱਕਾਂ ਬਾਹਾਂ ਵਿੱਚ ਤਾਕਤਾਂ ਨੇ ਵੱਡੀਆਂ ਇਹ ਆ ਲੱਖਾਂ ਸਰਾਵਾਂ ਦਾ ਪੁਆਇੰਟ ਰੇਡਰ ਦਾ ਲੱਖੇ ਦਾ ਟੱਚ ਪੁਆਇੰਟ ਕਹਿੰਦੇ ਕਾਲੇ ਦਾ ਜੰਗੀਆਣਾ ਤੇ ਭਲੂਰ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਪੁੱਜੀਆਂ ਧੂੜ ਕੋਟੀਆ ਦਰਸ਼ਕ ਵੀਰੀ ਕਬੱਡੀ ਕਹਿੰਦੇ ਵੀ 1100 ਦੀ ਸਰਦਾਰ ਗੁਰਪ੍ਰੀਤ ਸਿੰਘ ਜੀ ਦਿਓਲ ਯੂਕੇ ਵਾਲੇ ਵੱਡੇ ਮਾਣ ਕਰ ਰਹੇ ਕਹਿੰਦੀ ਵੀ ਅੱਜ ਇਹਨਾਂ ਪਲੇਅਰਾਂ ਦੇ ਬਿੰਦਰੂ ਧੂੜ ਕੋਟੀਆ ਉਧਰ ਤੱਕਾਂਗੇ ਵੀ 1100 ਦੀ ਕਬੱਡੀ ਹੈ ਆਹ ਮੁੰਡਾ ਕਹਿੰਦੇ ਵੀ ਲੱਖਾਂ ਜਾ ਕੇ ਅੰਕ ਆਪਣੀ ਟੀਮ ਦੇ ਲਈ ਜੋੜ ਗਏ ਅੱਜ ਕਹਿੰਦੇ ਜੱਟ ਦੀ ਉਂਗਲ ਮੇਰੇ ਵੀਰੇ ਖੜੀ ਹੈ ਉਧਰ ਬਿੰਦਰੂ ਪਾੜ ਲੈ ਕੇ ਵਾਪਸ ਹੈ ਜੱਸਾ ਇੱਕ ਸਿਦਮਾ ਦੋਨਾਂ ਦਾ ਖੇਡ ਕਬੱਡੀ ਦਾ ਸਟਾਰ ਹੈ ਪਰ ਸਾਹਮਣੇ ਪਾਈ ਹੋਈ ਇਸ ਨੌਜਵਾਨ ਦੀ ਕਬੱਡੀ ਤੇ ਕੌਣ ਨੌਜਵਾਨ ਲਾ ਤਗੜਾ ਜੱਫਾ ਪੈਣ ਦਾ ਵਾਧਾ ਕਰਦਾ ਇਹ ਆ ਸਿੰਘਾਂ ਵਾਲੇ ਪਿੰਡ ਦਾ ਨੌਜਵਾਨ ਜੱਗੀ ਮੇਰੇ ਵੀਰੇ ਪਰ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਆਹ ਖਿਡਾਰੀ ਕਹਿੰਦੇ ਚੋਟੀ ਦਾ ਖਿਡਾਰੀ ਲੱਖੇ ਦੇ ਨਾਲੇ ਦੀ ਜੁੰਡੀ ਦੀ ਯਾਰੀ ਉਧਰ ਜੱਗਾ ਬੀਲੇ ਪਿੰਡ ਦਾ ਵਿਸ਼ੇਸ਼ ਤੌਰ ਤੇ ਪੁੱਜਿਆ ਉਸ ਵੀਰ ਦਾ ਵੀ ਧੰਨਵਾਦ ਹੈ ਮੈਂ ਸਾਹਮਣੇ ਪਾਈ ਹੋਈ ਰੇਡ ਦੇ ਨਾਲ ਵੇਖਾਂਗੇ ਚੌਹਾਂ ਜਾਫੀਆਂ ਦੇ ਵਿੱਚੋਂ ਨੌਜਵਾਨ ਸ਼ਰਨੀ ਨੇ ਪਿੱਛੋਂ ਟੱਚ ਖਰਾਬ ਕੀਤਾ ਲਵੀ ਲਾਲੀ ਸਿੰਘ ਸ਼ਰਨੀ ਟੱਚ ਜੀ ਦੇ ਮੂਹਰੇ ਵੱਜਿਆ ਉਹਦਾ ਨਾਂ ਕਲਵੀਰਾ ਪੁਆਇੰਟ ਰੇਡਰ ਦਾ ਅਮਨੀ ਦੀ ਕਬੱਡੀ ਤੋਂ ਖੁਸ਼ ਹੋ ਕੇ 500 ਰੁਪਏ ਦੇ ਮਾਨ ਸਮਾਨ ਜਿਹੜਾ ਜੋੜਾ ਛੀਨੀਵਾਲ ਵੀ ਪਹੁੰਚਦੇ ਕਰਦੇ ਬੜਾ ਧੰਨਵਾਦ ਉਧਰ ਤੱਕਾਂਗੇ ਵੀ ਖੇਡ ਮੈਦਾਨ ਦੇ ਅੰਦਰ ਸਿੰਘਾਂ ਵਾਲੇ ਬੜਾ ਇੱਧਰ ਦੇਖਾਂਗੇ ਵੀ ਅੰਕ ਜਿਹੜਾ ਤਾਂ ਵੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਟੌਪ ਦੀਆਂ ਕਬੱਡੀਆਂ ਆ ਕਹਿੰਦੇ ਵੀ ਕਬੱਡੀ ਦਰਸ਼ਕ ਵੀ 1300 ਰੁਪਏ ਦੀ ਧੂੜ ਕੋਟੀਆ ਖੇਡ ਮੈਦਾਨ ਦੇ ਅੰਦਰ 1300 ਦੀ ਕਬੱਡੀ ਪਾਉਂਦਾ ਹੋਇਆ ਵੀ ਤੇਰੇ ਤੋਂ ਨਾ ਛੱਬੀ ਆ ਤਾਂ ਛੱਬੀ ਰਹਿਣ ਦੇ ਤੇ ਸਾਡੀ ਜਿੱਥੇ ਲੱਗੀ ਆ ਤਾਂ ਲੱਗੀ ਰਹਿਣ ਦੇ ਧੂੜ ਕੋਟੀਆ ਜਿੱਥੋਂ ਦਾ ਕਹਿੰਦੇ ਵੀ ਗਾਵਾਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਲੱਖਾਂ ਜਾਂ ਆਪਣੀ ਟੀਮ ਦੇ ਲਈ ਜੋੜ ਗਿਆ ਆ ਕਹਿੰਦੇ ਵੀ ਜੱਸਾ ਖੇਡ ਮੈਦਾਨ ਦੇ ਅੰਦਰ ਅਗਲੀ ਕਬੱਡੀ ਪਾਉਂਦਾ ਹੋਇਆ ਲਓ ਜੀ ਫਾਈਨਲ ਮੈਚ ਦੀ ਜਿੱਤ ਹਾਰ ਦੀ ਗੱਲ ਆ ਸਤਨਾਮ ਕਹਿੰਦੇ ਆਮਣੇ ਦਾ ਵੀਰ ਆ ਪਰ ਪੁਆਇੰਟ ਰੇਡਰ ਦੇ ਹਿੱਸੇ ਜੁੜਿਆ
योधे रणगूंज दे बांधे तलवारा डाढे दे हथों दियां जित्तां ते हारा जित दी खुशी मनाईए ना हारों डरिए मंदा बोलना बोलिए करतारों डरिए मंदा बोलना बोलिए करतारों डरिए सामने रामा वाला उधर देखांगे भी लखा जाके एक होर अपनी टीम दे जोड़दा होया ते नाल ही सरामा दे पॉइंट आ जी 14.5 छे पॉइंट समाओ दे पहले नंबर दी टीम सरामा करी ताड़ी मार दो सरामा दी टीम पहले नंबर सरामा दी टीम इस टूर्नामेंट दी कबड्डी 75 किलो दी जिहड़ी जेतू टीम बन गई है बधाई दे पात्र है बिंदरू धूरकोटिया अपना इनाम भी जिहड़ा लै गई बई बिंदरू ते आमना मेरे राउट मिनट जी बिंदरू ते आमना मेरे कोले आ जाण ये खिलाड़ी अज टूरनामेंट के बेस्ट रेडर करी ताड़ी मार दो दोनों के पांच पांच पॉइंट आ अमना सरामा का बिंदरू धूरकोट का दोने खिलाड़ी कहते मेरे वीरे ज्वाइंट ज्वाइंट है उधर लखा ते जगी अज के टूरनामेंट के सांझे जेडे बेस्ट जाफी लखा सरामा का ते जगी मेरे वीरे सिंह वाले का दो दो यफे ते बैट जेड़े लखा ते जगी सिंह पिंड दे चारे रेडर दे याफी यंगियाना ते पलहूर ये दोने टीम फाइनल दियां ग्राउंड च पुज जान यंगियाना ते पलहूर नाल ही कहते भी मुबारकबाद दर्शक भी इन्हां खिडारियों नूं अज कहते भी वाशिंग मशीन दे जेतू बन गए है कबड्डी ओपन फाइनल दियां टीमां मेरी बेनती भी जल्दी दे नाल पुज जान नाल ही सारे पुजे दर्शक वीर का बड़ा धन्यवाद करते हैं मेरी बेनती है भी कृपा करके कबड्डी ओपन दिया टीमां जल्दी नाल पुज जाण नाल ही गिंदरू धूरकोटिया बिंदरू नूं बेनती भी अपना इनाम जिहड़ा तेरिया कबड्डिया ते लग्या सी कृपा करके लै जा ये मेरी बेनती है यंगियाना वर्से पलहूर यंगियाना ते पलहूर ये दोनों टीमों का इस टूरनामेंट का लास्ट मैच बाकी आ यंगियाना वर्सेज पलहूर दोने टीम पुज जान कबड्डी ओपन दिया दर्शक भी फाइनल दिया टीम जिहड़ियां जल्दी नाल पुजन यंगियाना ते पलहूर मेरी बेनती दोने टीम जल्दी नाल ग्राउंड दे विच आ जान मेरी बेनती यंगियाना मेरी बेनती कुलविंदर वर्गिया नूं पाली वर्गिया नूं सैने दा कद्दी मेरी बेनती जल्दी नाल खेड ग्राउंड दे वल आ जाओ ये मेरी बेनती नाल ही पलहूर की टीम वो भी टीम जिहड़ी जल्दी नाल पुजे पिथों वाला शीरा कहते भी कबड्डी का दर्शक मोटरसाइकिल किंग दुनिया का स्टार जाफी सिरे का खिडारी दर्शक भी इस टूरनामेंट के खेड लिए पुजे बड़ा धन्यवाद है कबड्डी ओपन कबड्डी ओपन यंगियाना यंगियाना ते पलहूर यंगियाना ते पलहूर एक बई पंजाब के हालात मैं पिछले साल भी पुजे हुई थी ऐतकी भी बोलन लग्या ठीक है कई ने सुने कई ने नहीं सुने पंजाब के हालातों की गल आ भी पांच मम्मियां ने पटती धरती पांच दरियावां दी पहला मम्मा मोटरसाइकिल बिना नहीं सरदा मुंडा पिंड विच गेड़े मारे बापू मेहनत करदा सारा दिन रांझे धूड़ दबन नहीं दिंदे रावां दी पांच मम्मियां ने पटती धरती पांच दरियावां दी दूजा मम्मा मोबाइल फोन रखण लग गईआं कुड़ियां रास्ते दे विच भी रहण यारो काल नाल जुड़ियां हुण कोल भी बोली बोलन लग पी कामां दी पंज मम्मियां ने पटती धरती पंज दरियावां दी तीजा मम्मा मतलब रह गया इत्थे रहा नहीं भाई भाई छोटे ने जमीन पिछे बड़ा बढ़ता तड़के खबर होंदी ए आई उदों मिट्टी दे विच मिल जांदी मेहनत मामां दी पंज मम्मियां ने पटती धरती पंज दरियावां दी चौथा मम्मा मेहनत शर्ती कम ते रख ले भइए अपन दे विच दोष सजनो कि दोष किसे नूं दईए कहिंदे होनी सातों सेवा हुंदी मज्जां गावां दी पंज मम्मियां ने पटती धरती पंज दरियावां दी पंजवां मम्मा मुल्क बगाने हर कोई जाना चाहे पैर पैर ते धोखे मिलदे की किसे नूं समझावे दयालपुरिया उही करमां वाला जिहनूं सपोर्ट है सके भरावां दी पंज मम्मियां ने पटती धरती पंज दरियावां दी सच्चियां लगियां तां 500 रुपया लखी लहरे दे लई सरदार गुरप्रीत सिंह जी दिओल यूपी
मुबारकबाद जिंदे रहे ते मिलांगे लख वारी मर गए तो याद कर लिया करना बिट्टू सैदो जी सगरार रोडे जी नाली गुरप्रीत सिंह जी दौल उन्होंने वालों कहते भी अगले साल लखी लहरा 5100 के बड़े माण किए जाएंगे नाल ही सुखराज रोडे बिट्टू सैदो के लखी लहरा चीमिया वाला पिरता सारे वीर का बड़ा धन्यवाद जिंदगी का दूजा कबड्डी का काबू लिया इतने बड़ी माण वाली गल मेरे लिए धन्यवाद एन आर आई वीर रेशम आस्ट्रेलिया करमजीत सिद्धू आस्ट्रेलिया नाल पिरथी धौले वाला सारे वीर का धन्यवाद प्रबंधक कमेटी का धन्यवाद मास्टर वर्गिया का राजू राजे वर्गिया का लाली वर्गिया का धन्यवाद सुखराज रोडे अगले मैच की जी माइक की सेवा देगा हलो बहुत धन्यवाद जी फाइनल मैच अमर शहीद मुख्तियार सिंह दयाल यादगारी खेड स्टेडियम आलकड़ा जिला बरनला जंगियाने की टीम जी खेड मैदान पुज गई तो मेरी बेनती भलूर की टीम एको मिनट तो पहला खेड मैदान वाल आवे चंदा के शनि नू मिल पे जी गेट मूहरे हाँ जी उधर साडा भाई कलदीप जंगियाना गुरप्रीत का वड्डा वीर ते नाल अमृतपाल सिंह जिन्हों असी प्यार दे नाल क्लच कह दिने आ पुज्या हुआ बहुत बहुत धन्यवाद जिहड़े अपने नगर दे विच वड्डा कप करवाउंदे आ जंगियाने दी टीम आ गई ते भलूर दी टीम नू इको मिनट दा समा एक मिनट तो पहला भलूर की टीम खेड मैदान के वाल आ जाए भलूर की टीम बेनती है जंगियाने की टीम ग्राउंड एंटर हो जाए जी साड़ी बेनती जंगियाने की टीम ग्राउंड एंटर हो जाए कबड्डी 75 दियां दोनों टीम अपना सम्मान प्राप्त कर लैन अज के टूरनामेंट दे चैंपियन टीम असरावां जिले फरीदकोट की टीम है सकराज इधर दोनों टीमों सन्मानित किया जा रहा है 32 टीमों के दो टीम फाइनल दे विच पुजिया ते फाइनल दे विच सरावां दी टीम ने पहला स्थान हासिल किया है सरावां दी टीम दे बेस्ट रेडर अमन ते बिंदरू धूरकोटिया ते बेस्ट जाफी लखा सरावां दा ते जग्गी सिंघां वाले दा लो जेतू ट्राफी दे नाल सरावां दी टीम सीरा भाऊ जिथे भी आवाज नूं सुणदा कृपा करके इधर ग्राउंड दे विच आ जावे सीरा भाऊ सरावां दी टीम वधाई दी पात्र है सुबह तो लैके बड़े सोहणे मैच खेडे है ते टॉप दा प्रदर्शन इन्हां खिडारियों ने किया चाहे जफ्फियां दी गल है लखे दे जफ्फे सतनाम दे सिंघा वाले दे जग्गी ने सिरे दे जफ्फे लाए है धूरकोटिए बिंदरू ते नाल लखे ने कहिंदे टॉप दीआं कबड्डीआं पाईआं जंगियाने दी टीम आ गई है जी दूसरी टीम आई है नहीं भलूर भलूर दी टीम जी भलूर की टीम में बेनती है वो टीम जल्दी के नाल खेड मैदान वाल आ जाए फाइनल मैच कराया जाना दोनों टीमों के दरमियान इधर अमन सरावां वाला ते नाल बिंदरू धूरकोट वाला अज दे कबड्डी 75 किलो वर्ग के कबड्डी के फाइनल मैच के बेस्ट खिडारी जेडे चुने गए ने बिंदरू धूरकोट वाला ते अमन और दोनों टीमें ही मुबारकबाद दोवें टीमों लख लख बधाई है आने वाले समय के होर भी तरक्कियां करना
ਸੈਕੰਡ ਟੀਮ ਕਿਹੜੀ ਸੈਕੰਡ ਸਮਾਓ ਦੀ ਟੀਮ ਆ ਕੇ ਆਪਣਾ ਮਾਣ ਸਨਮਾਨ ਹਾਸਲ ਕਰੇ ਸੈਕੰਡ ਪ੍ਰਾਈਜ਼ ਸਮਾਓ ਸੈਕੰਡ ਟੀਮ ਸਮਾਓ ਦੀ ਟੀਮ ਦਾ ਜਿਹੜਾ ਮਾਣ ਸਨਮਾਨ ਕੀਤਾ ਜਾ ਰਿਹਾ ਅੱਜ ਦੀ ਸਪੋਰਟਸ ਕਲੱਬ ਦੀ ਤਰਫੋਂ ਸੈਕੰਡ ਟੀਮ ਸਮਾਓ ਦੀ ਟੀਮ ਹੈ ਸੈਕੰਡ ਟੀਮ ਸਮਾਓ ਦੀ ਟੀਮ ਹੈ ਕਬੱਡੀ 365.com ਵਾਲੇ ਵੀਰਾਂ ਦਾ ਬਿੰਦਰ ਡਿਜੀਟਲ ਸਟੂਡੀਓ ਨਾਲ ਸ਼ੇਰੇਗਾ ਸਾਡਾ ਵੀਰ ਡਿਜੀਟਲ ਸਟੂਡੀਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਾਈਨਲ ਮੈਚ ਕਰਵਾਉਣਾ ਜੀ ਪ੍ਰਾਈਜ਼ ਜਿਹੜੇ ਦੇ ਦਿੱਤੇ ਗਏ ਪਲੀਜ਼ ਇੱਕ ਸਾਈਡ 'ਤੇ ਹੋ ਜਾਣ ਖਿਡਾਰੀ ਵੀਰ ਮੁਬਾਰਕਬਾਦ ਜੀ ਫਾਈਨਲ ਮੈਚ ਹਾਂਜੀ ਟੀਮ ਆਈ ਜਾਂ ਨਹੀਂ ਦੱਸੋ ਜੀ ਭਲੂਰ ਭਲੂਰ ਦੀ ਟੀਮ ਗਰਾਊਂਡ ਦੇ ਵਿੱਚ ਆਵੇ ਆ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਫਾਈਨਲ ਮੈਚ ਕਿ ਹੋਇਆ ਫਾਈਨਲ ਮੈਚ ਤੇ ਜੌਹਰ ਵਿਖਾਏ ਪੱਪੂ ਨੇ ਢੇਰੀਆਂ ਕੋਲ ਰੇਡਰ ਢਾਏ ਪੱਪੂ ਨੇ ਕਿ ਦੱਸੀ ਸਾਰੇ ਜਿਹੜੇ ਨੋਟ ਚੰਨੇ ਨੇ ਵਾਰੇ ਕੀਤਾ ਚਿੱਤ ਕਰਾਰਾ ਜਾ ਅੱਜ ਬੜਾ ਹੀ ਚੇਤੇ ਆਉਂਦਾ ਲੋਕੋ ਪੁੱਤ ਬਰਾੜਾ ਦਾ ਉਦੋਂ ਬੜਾ ਹੀ ਚੇਤੇ ਆਇਆ ਲੋਕੋ ਪੁੱਤ ਬਰਾੜਾ ਦਾ ਇਹ ਫਾਈਨਲ ਮੈਚ ਕੋਈ ਵੀ ਭਾਵੇਂ ਵਲੰਟੀਅਰ ਵੀਰ ਆ ਕੋਈ ਵੀ ਵੀਰ ਗਰਾਊਂਡ ਦੇ ਵਿੱਚ ਨਜ਼ਰ ਨਾ ਆਵੇ ਸਿਰਫ ਰੈਫਰੀ ਦੇ ਖਿਡਾਰੀ ਰੈਫਰੀ ਦੇ ਖਿਡਾਰੀ ਗਰਾਊਂਡ ਦੇ ਵਿੱਚ ਨਜ਼ਰ ਆਉਣ ਤੇ ਮੈਚ ਦੀ ਸ਼ੁਰੂਆਤ ਜਲਦੀ ਦੇ ਨਾਲ ਕੀਤੀ ਜਾਵੇ ਸਾਰੇ ਕਬੱਡੀ ਦੇ ਪ੍ਰਮੋਟਰਾਂ ਦਾ ਕਬੱਡੀ ਨੂੰ ਪਿਆਰ ਕਰਨ ਵਾਲੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਅਸੀਂ ਇੱਕ ਵਾਰ ਫਿਰ ਅਚੋਚੇ ਤੌਰ ਤੇ ਧੰਨਵਾਦ ਕਰਦੇ ਹਾਂ ਗੁਰਪ੍ਰੀਤ ਸਿੰਘ ਜੀ ਦਿਆਲ ਜੂਕੇ ਵਾਲੇ ਜਿਨ੍ਹਾਂ ਨੇ 1,00,000 ਰੁਪਏ ਦਾ ਯੋਗਦਾਨ ਬਖਸ਼ਿਆ ਤੇ ਨਾਲ ਦੇਵ ਢਿੱਲੋਂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈਲਾ ਧੂਰ ਕੋਟੀਆ ਪਿੰਦਾ ਕੋਟਲਾ ਮੇਰ ਸਿੰਘ ਵਾਲਾ USA ਦੇ ਵਿੱਚ ਜਾ ਕੇ ਵਸੇ ਅਤੇ ਨਾਲ ਸੋਨੀ ਸਾਡਾ ਵੀਰ ਮੱਧੋਕੇ ਵਾਲਾ ਹਾਂਗਕਾਂਗ ਦੇ ਵਿੱਚ ਕਾਲਾ ਨਿਹਾਲ ਸਿੰਘ ਵਾਲੇ ਤੋਂ ਫ੍ਰਿਜਨੋ ਦੇ ਵਿੱਚ ਨੰਨੂ ਹੋਰਾਂ ਦੇ ਨਾਲ ਵੱਡੇ ਬਿਜ਼ਨਸਮੈਨ ਨੇ ਤੇ ਨਾਲ ਹੈਰੀ ਨੰਗਲ ਹੋਰਾਂ ਦਾ ਲਾਲਜੀਤ ਸਿੰਘ ਜੀ ਭੋਲਾ ਸੈਦੋਕੇ ਵਾਲੇ ਐਪਸਪੋਰਟ ਦੇ ਵਿੱਚ ਜਾ ਕੇ ਵਸੇ ਆ ਤੇ ਨਾਲ ਗੁਰਪ੍ਰੀਤ ਸਿੰਘ ਜੀ ਗੁੱਗੀ ਹੋਰਾਂ ਦਾ ਬਲਵਿੰਦਰੇ ਹੋਰਾਂ ਦਾ ਅਵਤਾਰ ਸਿੰਘ ਜੀ ਬਰਾੜ ਹਾਂਗਕਾਂਗ ਵਾਲਿਆਂ ਦਾ ਲੰਗਿਆਣੇ ਵਾਲੇ ਵੀਰ ਸਾਡੇ ਵੀਰ ਕਬੱਡੀ 365.com ਦੇ ਨਾਲ ਜੁੜੇ ਹੋਏ ਆ ਬਹੁਤ ਬਹੁਤ ਧੰਨਵਾਦ ਉਧਰ ਲੱਕੀ ਲਹਿਰੇ ਵਾਲਾ ਕਹਿੰਦਾ ਵੀ ਜਿਹੜੇ ਮੇਰੇ ਨਾਲ ਆਏ ਆ ਤੇ ਮੈਂ ਚੱਲਿਆ ਹੁਣ ਗੱਡੀ ਕੋਲੇ ਪਹੁੰਚ ਜਾਣ ਇਧਰ ਫਾਈਨਲ ਮੈਚ ਹੈ ਤੇ ਐਨ ਸੋਹਣੇ ਦੀ ਬਾਜੀ ਆ ਬਹੁਤ ਬਹੁਤ ਧੰਨਵਾਦ ਸੌਂ ਪਾਉਣੀ ਹੈ ਜੀ ਹਾਂਜੀ 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 ਪਿੰਦਰ ਖਜਾਨਚੀ ਸੌਂ ਪਵਾਓ ਜੀ ਤੇ ਫਾਈਨਲ ਮੈਚ ਸ਼ੁਰੂ ਕਰਵਾਓ ਜੀ